ਸ਼ਿਕਾਰ ਜੀ ਅੱਜ ਅਸੀਂ ਆਏ ਆ ਗੁਰੂ ਅਰਜਨ ਦੇਵ ਜੀ ਦੇ ਸੈਲਫ ਹੈਲਪ ਗਰੁੱਪ ਵਿੱਚ ਜੋ ਕਿ ਭਗਵਾਨਪੁਰਾ ਵਿਖੇ ਹੈ ਤੇ ਅਸੀਂ ਇਹਨਾਂ ਦੀ ਸਕਸੈਸ ਦੀ ਸਟੋਰੀਜ਼ ਬਹੁਤ ਥਾਂ ਸੁਣੀਆਂ ਤੇ ਅਸੀਂ ਇਹਨਾਂ ਦੀ ਸਕਸੈਸ ਸਟੋਰੀਜ਼ ਆਪਣੀ ਕੇਵੀਕੇ ਵੱਲੋਂ ਵੀ ਸੁਣਦੇ ਆਏ ਆ ਤੇ ਹੁਣ ਕੁਝ ਜਾਣਦੇ ਆ ਇਹਨਾਂ ਵੱਲੋਂ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ? ਚਰਨਜੀਤ। ਤੇ ਤੁਸੀਂ ਆਪਣਾ ਇਹ ਸੈਲਫ ਹੈਲਪ ਗਰੁੱਪ ਕਦੋਂ ਤੋਂ ਸ਼ੁਰੂ ਕੀਤਾ ਹੋਇਆ? 2007। ਤੁਹਾਨੂੰ ਇਹ ਆਈਡੀਆ ਕਿੱਦਾਂ ਆਇਆ ਕਿ ਅਸੀਂ ਸੈਲਫ ਹੈਲਪ ਗਰੁੱਪ ਸਟਾਰਟ ਕਰੀਏ? ਕੀ ਤੁਸੀਂ ਪਹਿਲਾਂ ਸੈਲਫ ਹੈਲਪ ਗਰੁੱਪ ਬਾਰੇ ਸੁਣਿਆ ਸੀ ਜਾਂ ਤੁਹਾਨੂੰ ਕਿਸੇ ਨੇ ਦੱਸਿਆ? ਨਹੀਂ, ਮੈਨੂੰ ਸੁਣਿਆ ਤਾਂ ਨਹੀਂ ਸੀ, ਕੁਛ ਵੀ ਨਹੀਂ ਸੀ ਪਤਾ। ਅੱਛਾ ਜੀ। ਮੈਂ ਨਾ ਬੱਚੇ ਸਕੂਲ ਚੱਲਦੇ ਹੋਏ ਸੀ, ਪਹਿਲਾਂ ਟਾਈਮ ਦੇ ਵਿੱਚ ਨਾ ਜਿਹੜਾ ਇੰਨਾ ਪਰੇਸ਼ਾਨ ਸੀ ਕਿ ਪੈਸੇ ਦਾ ਢੰਗ ਨਹੀਂ ਸੀ ਪਤਾ ਲੱਗਦਾ ਉਹ ਕਮਾਇਆ ਜਾਵੇ ਕੀ ਕਰਿਆ ਜਾਵੇ। ਮੈਂ ਨਾ ਕਦੇ ਕਦੇ ਫਿਰ ਲੇਟ ਹੋ ਜਾਂਦਾ ਉਹ ਸੁਣੀ ਜਾਂਦੀ ਸੀ ਤਾਂ ਕਹਿ ਰਹੀ ਹਾਂ। ਮੇਰੀ 17 ਸਾਲ ਦੀ ਉਮਰ ਤੋਂ ਮੈਂ ਇੱਕ ਸੈਂਪਲ ਨਾ ਥੈਲਿਆਂ 'ਤੇ ਕੱਢ ਕੇ ਬਣਾਇਆ ਸੀ ਅਤੇ ਛੋਟਾ ਪਿੰਡ ਆ ਉੱਥੇ ਸੈਂਟਰ ਲੱਗਿਆ ਸੀਗਾ। ਮੈਂ ਉੱਥੋਂ ਮੈਂ ਕਿਹਾ ਵੀ ਜਦੋਂ ਬੱਚੇ ਹੋਣ ਤੋਂ ਬਾਅਦ ਮੈਂ ਸਕੂਲ ਤੋਂ ਵੀ ਗਰੀਬੀ ਯਾਦ ਆ ਕਿ ਪਤਾ ਨਹੀਂ ਕਰਦਾ ਘਰ ਦੇ ਚੱਲੇ ਥੋੜ੍ਹਾ ਕੰਮ ਸੀਗਾ ਉਹਨਾਂ ਨੂੰ ਅਤੇ ਮੈਂ ਸੋਚਿਆ ਮੈਂ ਕਿਹਾ ਵੀ ਉਹਦੇ ਵਿੱਚ ਮੈਨੂੰ ਬੋਲਦੇ ਸੀਗੇ ਵੀ ਜੇ ਕਿਸੇ ਦੇ ਵਿੱਚ ਗੁੰਦਰ ਆ ਤਾਂ ਉਹ ਮੌਸਮ ਬਾਹਰ ਲਿਆਉਣਾ ਚਾਹੀਦਾ, ਅੰਦਰ ਨਹੀਂ ਲਗਾਉਣਾ ਚਾਹੀਦਾ। ਮੈਂ ਸੋਚਿਆ ਵੀ ਮੈਂ ਇੱਕ ਬੈਗ ਬਣਾਇਆ ਸੀ, ਹੋ ਸਕਦਾ ਵੀ ਜੇ ਮੈਂ ਬੈਗ ਬਣਾਵਾਂ ਜੇ ਕੋਈ ਖਰੀਦੇ ਜਾਂ ਕੁਛ ਵੀ ਹੋਵੇ ਵੀ ਮੈਂ ਆਪਣਾ ਕੋਈ ਕੰਮ ਚਲਾ ਕਰਦੇ। ਕਹਿੰਦੇ ਵੀ ਮੈਂ ਚਲੋ ਸਾਰੀ ਵੇਲੇ ਸੁਣੀ ਵੀ ਤਾਂ ਸੁਣ ਕੇ ਘਰ ਦੇ ਪੁੱਛੇ ਵੀ ਕੋਈ ਗੱਲ ਨਹੀਂ, ਕਿਸੇ ਤੋਂ ਪੈਸੇ ਕੱਢ ਕੇ ਮੈਨੂੰ ਮਸ਼ੀਨ ਲੈ ਕੇ ਮਸ਼ੀਨ ਤੋਂ ਚਲੋ ਬੈਗ ਤਾਂ ਮੈਂ ਨਹੀਂ ਸ਼ੁਰੂ ਕੀਤਾ। ਉਸ ਜਿਮੀਦਾਰ ਜਮਾਤ ਧਾਨਾ ਦਾ ਮੌਕਾ ਚੱਲਦਾ, ਮੈਨੂੰ ਪੱਲੀਆਂ ਮੈਂ ਕਿਹਾ ਉਹ ਕਿੱਥੇ ਲੈਣਗੇ, ਮੈਂ ਕਿਹਾ ਪੱਲੀਆਂ ਬਣਾਉਣੀ ਤੁਸੀਂ ਦੇ ਦਿਓ ਤਾਂ ਬਣਾ। ਪਹਿਲੇ ਦਿਨ ਮੈਨੂੰ 12 ਰੁਪਏ ਦਾ ਮੈਂ ਪੱਲੀਆਂ ਸੁਬਾਹ ਫੜੀਆਂ ਅਤੇ ਸ਼ਾਮ ਨੂੰ ਉਹਨਾਂ ਨੂੰ ਘਰ ਦੇ, ਪਰ ਉੱਥੋਂ ਹੌਲੀ ਹੌਲੀ ਫਿਰ ਮੈਂ ਇੱਕ ਬੈਗ ਭੇੜ ਕੇ ਆਪਣਾ ਬਣਾ ਲਿਆ। ਫਿਰ ਉਹ ਮੈਂ ਮਾਰਕੀਟ ਦੇ ਵਿੱਚ ਦਿਖਾ ਲਿਆ, ਮਾਰਕੀਟ ਦੇ ਵਿੱਚ ਹੌਲੀ ਹੌਲੀ ਚੱਲਿਆ। ਮਤਲਬ ਤੁਸੀਂ ਸ਼ੁਰੂਆਤ ਛੋਟੀਆਂ ਜਿਹੀ ਪੱਲੀਆਂ ਤੋਂ ਕੀਤੀਆਂ ਤੇ ਇਹਨੇ ਛੋਟੇ ਅਮਾਊਂਟ ਤੋਂ ਕੀਤੀ 12 ਰੁਪਏ ਤੋਂ ਸਿਰਫ ਤੇ ਅੱਜ ਤੁਹਾਡਾ ਟਰਨਓਵਰ ਅੱਛਾ ਹੈ? ਹਾਂਜੀ ਹਾਂਜੀ ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਮੈਂ ਵੀਡੀਓ ਦਫ਼ਤਰ ਗਈ ਸੀ ਤੇ ਮੈਡਮ ਆ ਗਈ ਸੀ ਕਿ ਤੁਸੀਂ ਇੰਨਾ ਵਧੀਆ ਕੰਮ ਕਰਦੇ ਹੋ ਇੱਕੋ ਮਸ਼ੀਨ ਹੁੰਦੀ ਸੀ ਨਾਲ ਨਹੀਂ ਸੀ। ਅੱਛਾ ਜੀ। ਫਿਰ ਤੁਸੀਂ ਇੱਕ ਅੱਛਾ ਗਰੁੱਪ ਬਣਾ ਲਓ, ਉਹਦੇ ਵਿੱਚ ਸਾਨੂੰ ਜੋ ਸਹੂਲਤਾਂ ਜਾਂ ਐਗਜੀਬਿਸ਼ਨ ਆ ਲੈ ਕਹਿੰਦੇ ਵੀ ਤੁਹਾਡਾ ਕੰਮ ਅਸੀਂ ਵੀ ਜਿਵੇਂ ਮਾਡਲ ਵਗੈਰਾ ਦੇ ਰਹੇ ਹਾਂ। ਬੈਂਕਾਂ ਦੇ ਵਿੱਚ ਗਈ ਮੈਨੂੰ ਓਰੀਐਂਟਲ ਬੈਂਕ ਨੇ 30,000 ਲੋਨ ਦਿੱਤਾ ਸੀ। ਅੱਛਾ ਜੀ। ਹਾਂਜੀ, 30,000 ਲੋਨ ਤੋਂ ਉੱਥੋਂ ਮੈਂ 2 ਮਸ਼ੀਨਾਂ ਹੋਰ ਖਰੀਦ ਕੇ ਫਿਰ 1-2 ਹੋਰ ਨਾਲ ਲਾ ਕੇ ਫਿਰ ਹੌਲੀ ਹੌਲੀ ਖਰਚੇ ਨੂੰ ਗਰੁੱਪ ਬਣਾਇਆ ਅਤੇ ਜਿਹੜਾ 2007 ਦੇ ਵਿੱਚ ਮੇਰਾ ਰਜਿਸਟਰ। ਮਤਲਬ ਤੁਸੀਂ ਇਕੱਲਿਆਂ ਨੇ ਸ਼ੁਰੂ ਕੀਤਾ ਤੇ ਰਜਿਸਟਰ ਉਸ ਟਾਈਮ ਤੁਸੀਂ ਇਕੱਲੇ ਸੀ ਜਦੋਂ ਰਜਿਸਟਰ ਹੋਇਆ? ਉਦੋਂ ਫਿਰ ਮੇਰੇ ਨਾਲ 10 ਦੋਸਤ। 10 ਤੇ ਅੱਜ ਤੁਹਾਡੇ ਨਾਲ ਕਿੰਨੀ ਲੇਡੀਜ਼ ਹੋਰ ਜੁੜੀਆਂ ਹੋਈਆਂ? ਅੱਜ ਜਿੱਦਾਂ ਹੁਣ ਕੰਮ ਤਾਂ ਅਸੀਂ 10 ਹੁਣ ਇਸ ਟਾਈਮ ਜਿੱਦਾਂ ਹੁਣ ਇਹ ਚੀਜ਼ਾਂ ਹੁਣ ਘਰਾਂ ਦੇ ਵਿੱਚ ਦਿੱਤੀ ਹੈ ਮੈਂ ਬਣਾਉਣ ਇਸ ਟਾਈਮ ਦੇ ਵਿੱਚ 12 ਲੇਡੀ ਕੰਮ ਕਰ ਰਹੇ ਹਾਂ। ਅੱਛਾ ਜੀ। ਉਸ ਘਰ ਇਹ ਕੁਛ ਹੋ ਰਿਹਾ ਕਈ ਵਾਰੀ ਜਦੋਂ ਕੁਛ ਖਾਣੇ ਦਾ ਹੁੰਦਾ ਉਦੋਂ ਬਾਅਦ ਤਾਂ 25-27 ਜਿਹੜੇ ਤੁਸੀਂ ਮੇਲਿਆਂ 'ਚ ਲਗਾਉਂਦੇ ਹੋ ਹੈ ਨਾ? ਠੀਕ ਹੈ ਜੀ। ਤੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਿ ਇਹਨਾਂ ਨੇ ਇਕੱਲਿਆਂ ਨੂੰ ਸ਼ੁਰੂ ਕੀਤਾ ਸੀ ਤੇ ਅੱਜ ਇਹਨਾਂ ਦਾ ਨੈਟਵਰਕ ਕਾਫੀ ਅੱਛਾ ਚੱਲ ਰਿਹਾ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਕਿ ਤੁਹਾਡਾ ਪਹਿਲਾ ਆਰਡਰ ਜਿਹੜਾ ਪ੍ਰੋਫੈਸ਼ਨਲ ਆਪਾਂ ਕਵਾਂਗੇ ਕਮਰਸ਼ੀਅਲ ਆਰਡਰ ਉਹ ਕਿੱਥੋਂ ਮਿਲਿਆ ਤੁਹਾਨੂੰ? ਮੇਰੇ ਦਫ਼ਤਰ ਤੋਂ ਮਿਲਿਆ, ਬੀਸੀ ਆਫਿਸ ਬੀਸੀ ਨਹੀਂ ਦਿੱਤਾ ਸੀਗਾ ਮੈਨੂੰ ਪਹਿਲਾ ਆਰਡਰ ਸਾਰਸ ਮੇਲੇ ਦੇ ਵਿੱਚ ਜਿਹੜੇ ਸਟਾਲਾਂ ਵਾਲੇ ਆਉਂਦੇ ਨੇ ਉਹਨਾਂ ਨੂੰ ਵੀ ਗਿਫਟ ਤੌਰ ਤੇ ਕੀਤੇ ਸੀ 250 ਰੁਪਏ ਦਾ ਆਰਡਰ ਸੀਗਾ 260 ਰੁਪਏ ਦਾ ਜਿਹੜਾ ਲੁਧਿਆਣੇ ਸਾਰਸ ਮਿਲਿਆ ਅੱਜ ਤੋਂ 10 ਸਾਲ ਪਹਿਲਾਂ। ਅੱਛਾ ਜੀ। ਤੇ ਜਿਹੜਾ ਹੁਣ ਲੱਗਿਆ ਸੀ ਉਹ 'ਚ ਵੀ ਸੀ? ਹਾਂਜੀ, ਥੋੜ੍ਹੇ ਸਾਲ ਪਹਿਲਾਂ ਲੱਗਿਆ ਉਹ 'ਚ 300-300 ਦਾ। ਅੱਛਾ ਜੀ। ਤੁਹਾਡੇ ਪਰਿਵਾਰ ਦੇ ਸਾਰੇ ਬੰਦੇ ਇਸ 'ਚ ਇਨਵੋਲਵ ਨੇ ਕਿ ਮਤਲਬ? ਠੀਕ ਹੈ। ਹੋਰ ਕੁਛ ਕੰਮ ਕਰਦੇ ਹੋ ਤੁਸੀਂ ਇਸ ਤੋਂ ਇਲਾਵਾ? ਬਸ ਹੁਣ ਤਾਂ ਹੌਲੀ ਹੌਲੀ ਕਰਕੇ ਹੋਰ ਕੁਛ ਕਰਨਾ ਪੈਣਾ, ਹਰ ਸਾਲ ਦੇ ਵਿੱਚ ਕੋਈ ਨਾ ਕੋਈ ਚੇਂਜ ਆ ਜਾਂਦਾ। ਤੁਸੀਂ ਬੈਗ ਤੋਂ ਇਲਾਵਾ ਕੁਛ ਬਣਾਉਂਦੇ? ਅੱਛਾ। ਉਹ ਇੱਥੇ ਉਹਦੀ ਮਾਰਕੀਟ ਰਜਾਈਆਂ ਦੀ ਇੱਥੇ ਹੀ ਹੈ ਕਿ ਕਿਤੇ ਹੋਰ ਹੈ? ਉਹਦੀ ਮਾਰਕੀਟ ਇੱਥੇ ਹੀ ਹੈ ਜਿਹੜਾ ਵਿਆਹ ਸ਼ਾਦੀ ਦੇ ਵਿੱਚ ਦੇਣੇ ਹੁੰਦੇ ਆ ਕਿਸੇ ਨੇ ਬਿਸਤਰੇ ਜੀ ਉਹ ਡਬਲ ਬੈਡ ਵਗੈਰਾ ਵੀ ਜਾਂ ਸਿੰਗਲ। ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈ? ਮੇਰੇ ਦੋ ਬੇਟੇ ਇੱਕ ਬੇਟਾ। ਅੱਛਾ। ਮਤਲਬ ਉਹ ਵੀ ਗਰੁੱਪ ਮੈਂਬਰ ਹੀ ਹੈ ਦੋ।
ਮਟੀਰੀਅਲ ਯੂਜ਼ ਕਰਦੇ ਹੋ ਬੈਗ ਬਣਾਉਣ ਲਈ ਜਾਂ ਰਜਾਈਆਂ ਬਣਾਉਣ ਲਈ ਉਹ ਤੁਸੀਂ ਕਿੱਥੋਂ ਲੈਂਦੇ ਹੋ ਤੁਸੀਂ ਇੱਥੋਂ ਹੀ ਲੈਂਦੇ ਹੋ ਜਾਂ ਕੋਈ ਹੋਰ ਲੈ ਕੇ ਆਉਂਦਾ ਹੈ ਕਿਸ ਹਿਸਾਬ ਨਾਲ ਤੁਸੀਂ ਮੈਨੇਜ ਕਰਦੇ ਹੋ ਦੋ ਮੀਟਰ ਸਾਡੀ ਵੀ ਮਾਰਕੀਟ ਜ਼ਿਆਦਾ ਵਧੇ ਮੈਨੂੰ ਕੁਛ ਮਿਲਦੇ ਨੇ ਫੋਨ ਤੇ ਤੁਹਾਨੂੰ ਕੀ ਚਾਹੀਦਾ ਜਾਂ ਕਿੰਨੇ ਕੀ ਕੱਪੜਾ ਚਾਹੀਦਾ ਜੇ ਮੈਨੂੰ ਰੋਲ ਹੋਣਾ ਮੀਟਰ ਦਾ ਰੋਲ ਹੁੰਦਾ ਮਤਲਬ ਜਿਹੜੀਆਂ ਵੱਧ ਗਈਆਂ ਟੈਕਨੋਲੋਜੀ ਉਹਨਾਂ ਵੀ ਤੁਹਾਨੂੰ ਬਹੁਤ ਫਾਇਦਾ ਜਿਹੜਾ ਜੂਨ ਦਾ ਪੱਕੇ ਤੋਂ ਅੱਛਾ ਜੀ ਔਰਡਰ ਤੇ ਜਾਣੀ ਇਹ ਨੈਟ ਅੱਛਾ ਤੇ ਉਸ ਹਿਸਾਬ ਨਾਲ ਉਹਦਾ ਪ੍ਰਾਈਸ ਵੀ ਜ਼ਿਆਦਾ ਹੈਗਾ ਕਿੱਥੋਂ ਦੀ ਰੇਂਜ ਕਰਦੇ ਤੁਹਾਡੇ ਬੈਗ ਮਤਲਬ ਕਿੱਥੋਂ ਸਟਾਰਟ ਹੁੰਦੇ ਤੇ ਕਿੰਨੀ ਵੱਧ ਤੋਂ ਵੱਧ ਰੇਂਜ ਹੁੰਦੀ ਹੈ ਬਹੁਤ ਬਹੁਤ ਧੰਨਵਾਦ।